ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਅਤੇ ਅਸੀਂ ਹਵੇਲੀਆਂ ਸ਼ਹਿਰ ਦੇ ਵਿੱਚ ਹਾਂ ਜੀ। ਥੋੜ੍ਹੀ ਦੇਰ ਪਹਿਲੇ ਅਸੀਂ ਮਲਿਕ ਫੈਸਲ ਜਿਊਲਰ ਜਾਂ ਅਲਾਵਾਨ ਜਿਊਲਰਸ ਦੇ ਉੱਤੇ ਬੈਠੇ ਹੋਏ ਸੀ ਮੇਨ ਬਾਜ਼ਾਰ ਦੇ ਵਿੱਚ। ਮੈਂ ਵੀਰ ਜੀ ਨੂੰ ਹੁਣ ਲੈ ਕੇ ਆਇਆ ਵਾਂ, ਜਿਹੜੀ ਬਿਲਡਿੰਗ ਹੈ ਜਿਹਦਾ ਨਾਮ ਹੈ ਗੁਰੂ ਰਾਮਦਾਸ ਸਹਾਏ, ਇੱਕ ਓਨਕਾਰ ਗੁਰੂ ਰਾਮਦਾਸ ਸਹਾਏ ਬਿਲਡਿੰਗ ਹੈ, ਔਰ ਅਸੀਂ ਚਾਹਵਾਂਗੇ ਕਿ ਵੀਰ ਜੀ ਨੂੰ ਇਹ ਵੀ ਸਾਂਝੀ ਕੀਤੀ ਜਾਵੇ। ਔਰ ਲੋਕ ਜਿਹੜੇ ਆ ਇੱਥੇ ਕਾਫੀ ਇਕੱਠੇ ਹੋਏ ਹੋਏ ਆ, ਜਿੱਦਾਂ ਕਿ ਆਮ ਸਾਡੀ ਜਿੰਨੀ ਵੀ ਵੀਡੀਓਜ਼ ਨੇ ਉਹਦੇ ਵਿੱਚ ਕਾਫੀ ਲੋਕ ਅੱਗੇ ਆਉਂਦੇ ਆ, ਕਾਫੀ ਲੋਕ ਗੱਲਾਂ ਬਾਤਾਂ ਕਰਦੇ ਨੇ, ਅਤੇ ਅਸੀਂ ਮੇਨ ਬਾਜ਼ਾਰ ਦੇ ਵਿੱਚੋਂ ਇਸ ਵੇਲੇ ਲੰਘ ਰਹੇ ਹਾਂ ਹਵੇਲੀਆਂ ਬਾਜ਼ਾਰ ਦੇ ਵਿੱਚੋਂ। ਔਰ ਇਹ ਹਵੇਲੀਆਂ ਬਾਜ਼ਾਰ ਹੈ, ਔਰ ਇੱਥੋਂ ਇਸ ਸਾਈਡ ਤੋਂ ਇੰਟਰਸਟ ਹੈ, ਔਰ ਇਸ ਪਾਸੇ ਪਹਾੜ ਵਾਲਾ ਇਲਾਕਾ ਹੈ ਜੀ। ਆਹ ਦੇਖੋ ਵੀਰ ਜੀ, ਆਪਣੇ ਤਸਵੀਰਾਂ ਖਿੱਚ ਰਹੇ ਹੈ, ਇੱਕ ਜਗ੍ਹਾ ਜਿਹੜੀ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਵੀ ਉਹ ਕਾਫੀ ਅਰਸਾ ਪਹਿਲੇ ਅਸੀਂ ਦਿਖਾਈ ਸੀਗੀ ਇਹ ਬਿਲਡਿੰਗ। ਇਹ ਦੇਖੋ ਜੀ, ਇੱਕ ਓਨਕਾਰ ਸ੍ਰੀ ਗੁਰੂ ਰਾਮਦਾਸ ਸਹਾਏ, ਇਹ ਬਿਲਡਿੰਗ ਦਿਖਾਈ ਸੀ ਅਤੇ ਮੈਂ ਵੀਰ ਜੀ ਨੂੰ ਵੀ ਦਿਖਾਉਣ ਲਈ ਲੈ ਕੇ ਆਇਆ ਸੀ ਹੁਣ, ਕਿ ਇਹਨਾਂ ਨੂੰ ਮੈਂ ਦਿਖਾਵਾਂ ਮੈਂ। ਹਾਂਜੀ ਵੀਰ ਜੀ, ਮਤਲਬ ਆ ਕਿ ਗੋਡ ਇਜ਼ ਵਨ, ਰੱਬ ਇੱਕ ਹੈ, ਅੱਲਾ ਇੱਕ ਹੈ, ਸਮਝ ਗਏ ਜੀ। ਅਤੇ ਅੱਗੇ ਹੈਗਾ ਸ੍ਰੀ ਗੁਰੂ ਰਾਮਦਾਸ ਜੀ ਸਹਾਏ ਸਾਡੇ, ਤੁਸੀਂ ਕਹਿੰਦੇ ਬਾਬਾ ਨਾਨਕ ਕਹਿੰਦੇ ਆ ਨਾ, ਹਾਂਜੀ ਬਾਬਾ ਨਾਨਕ ਕਹਿੰਦੇ ਆ ਨਾ, ਉਹਨਾਂ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ, ਉਹ ਪਹਿਲੇ ਹੋਏ ਆ। ਜਿੱਦਾਂ ਗੁਰੂ ਨਾਨਕ ਦੇਵ ਜੀ ਹੋਏ, ਉੱਦਾਂ ਸਾਡੇ ਕੁੱਲ 10 ਗੁਰੂ ਸਾਹਿਬ ਹੋਏ, ਠੀਕ ਹੈ ਜੀ। ਉਹ ਜਿਹੜੇ 10 ਗੁਰੂ ਸਾਹਿਬ ਹੋਏ, ਉਹਨਾਂ 'ਚੋਂ ਜਿਹੜੇ ਚੌਥੇ ਸੀਗੇ ਨਾ, ਗੁਰੂ ਰਾਮਦਾਸ ਜੀ ਹੋਏ ਆ। ਅਤੇ ਉਹਨਾਂ ਦਾ ਵੀ ਦੱਸੋਗੇ ਲਾਹੌਰ ਦਾ ਜਿਹੜਾ ਸੀ ਜਨਮ ਜਿਹੜਾ ਹੋਇਆ ਸੀ, ਉਹ ਲਾਹੌਰ ਚੂਨਾ ਮੰਡੀ ਦਾ ਸੀ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਕਦੀ ਵੀ ਜਾਓ ਚੂਨਾ ਮੰਡੀ ਤੁਸੀਂ ਜਾ ਸਕਦੇ ਹੋ। ਓਕੇ, ਉਹ ਉਹਨਾਂ ਦਾ ਨਾਮ ਲਿਖਿਆ ਹੋਇਆ, ਅਤੇ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਤੇ ਜੀ ਜਿਹੜੇ ਰਿਸਪੈਕਟਲੀ ਵਰਡ ਆ, ਆਪਾਂ ਕਹਿ ਦਿੰਦੇ ਨਾ ਨਾਮ ਅੱਗੇ ਲਾ ਦਿੰਦੇ, ਮਿਸਟਰ ਡਾਕਟਰ ਕੁਛ ਵੀ, ਹਾਂਜੀ ਭਾਈਜਾਨ ਭਾਜੀ ਸਾਰੇ ਕੁਛ ਆਪਾਂ ਵਰਡ ਯੂਜ਼ ਕਰਦੇ ਨਾ, ਇੱਦਾਂ ਜਿਹੜੇ ਉਹ ਸਾਡੇ ਲਈ ਵਰਡਸ, ਕਿਉਂਕਿ ਉਹ ਰੱਬ ਸੀਗੇ ਉਹਨਾਂ ਲਈ ਜਿਹੜਾ ਸੀ, ਉਹਨਾਂ ਲਈ ਵਰਡ ਸ਼੍ਰੀ ਅਤੇ ਜੀ ਜਿਹੜਾ ਉਹ ਰਿਸਪੈਕਟਲੀ ਯੂਜ਼ ਹੋਇਆ ਵਾ। ਸ੍ਰੀ ਗੁਰੂ ਰਾਮਦਾਸ ਜੀ ਸਹਾਏ, ਸਹਾਏ ਮੀਨਸ ਉਹਦੀ ਸਹਾਇਤਾ ਕਰਨੀ, ਸਹਾਇਤਾ ਸਮਝ ਰਹੇ ਕਿ ਹਾਂ, ਹੈਲਪ ਮੀ, ਉਹਦਾ ਇਹ ਮੀਨਿੰਗ ਆ ਕਿ ਜਿਹਨੇ ਇਹ ਬਣਾਈ ਹੈ ਬਿਲਡਿੰਗ, ਦੇਖੋ ਤੁਸੀਂ ਇਹ ਬਿਲਡਿੰਗ ਅੱਜ ਤੋਂ 100 ਸਾਲ ਪਹਿਲਾਂ ਬਣੀ ਹੋਏਗੀ, ਠੀਕ ਹੈ ਜੀ। ਅਤੇ ਇਹ ਬਿਲਡਿੰਗ ਜੇ ਮੈਂ ਅੱਜ ਬਣਾਉਣੀ ਹੋਵੇ ਨਾ, ਸ਼ਾਇਦ ਮੇਰੇ ਕੋਲ ਅੱਜ ਵੀ ਇੰਨੇ ਪੈਸੇ ਨਾ ਹੋਣ ਕਿ ਇੰਨੀ ਸੋਹਣੀ ਬਿਲਡਿੰਗ ਬਣਾ ਸਕਾਂ, ਸਮਝੇ ਕਿ ਨਹੀਂ। ਅਤੇ ਜਿਹਨੇ ਬਣਾਈ ਉਹਨੇ ਕਿੰਨੇ ਪਿਆਰ ਦੇ ਨਾਲ, ਕਿੰਨੀ ਸੋਹਣੀ ਵੱਡੀ ਬਿਲਡਿੰਗ ਬਣਾਈ ਆ, ਔਰ ਉਹਨੇ ਬਣਾ ਕੇ ਉਸ ਤੋਂ ਬਾਅਦ 'ਚ ਇਹ ਨਹੀਂ ਲਿਖਿਆ ਕਿ ਇਹ ਮੇਰੀ ਇਸ ਬੰਦੇ ਦੀ ਕੋਠੀ ਹੈ, ਮੇਰਾ ਘਰ ਹੈ, ਆਪਣਾ ਨਾਂ ਲਿਖ ਦਿੰਦੇ ਬਹੁਤੀ ਵਾਰ ਆਪਾਂ। ਉਸ ਬੰਦੇ ਨੇ ਗੁਰੂ ਸਾਹਿਬ ਨੂੰ ਸਤਿਕਾਰ ਦਿੰਦੇ ਹੋਏ ਉੱਥੇ ਲਿਖਿਆ ਇੱਕ ਓਅੰਕਾਰ ਅੱਲਾ ਦੀ ਗੱਲ ਕੀਤੀ, ਅਤੇ ਉਸ ਤੋਂ ਬਾਅਦ 'ਚ ਇਹ ਲਿਖਿਆ ਕਿ ਗੁਰੂ ਰਾਮਦਾਸ ਜੀ ਜਦੋਂ ਵੀ ਕਦੀ ਲੋੜ ਪਏ ਮੇਰੀ ਸਹਾਇਤਾ, ਠੀਕ ਹੈ ਜੀ। ਸਮਝ ਆਈ? ਬਹੁਤ ਖੁਸ਼ੀ ਹੋਈ, ਖੁਸ਼ੀ ਤੁਹਾਨੂੰ ਜਿਹੜੀ ਹੈ ਨਾ, ਥੋੜੀ ਇੰਨੀ ਇੰਨੀ ਖੁਸ਼ੀ ਹੋਈ ਮੈਨੂੰ, ਇੰਨੀ ਹੋਈ ਇੱਧਰ ਮੈਂ ਇਕੱਲਾ ਨਾ ਇੱਕ ਸਾਈਡ ਤੇ। ਤੁਸੀਂ ਦੱਸੋ ਤੁਹਾਨੂੰ ਕਿੰਨੀ ਕਿੰਨੀ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ, ਨਹੀਂ ਦੱਸੋ ਹੱਥ ਨਾਲ ਕਿੰਨੀ, ਬਹੁਤ ਸਾਰੀ ਖੁਸ਼ੀ ਹੋਈ। ਹੁਣ ਮੈਂ ਕਿੱਦਾਂ ਦੱਸੂ, ਮੈਨੂੰ 20 ਗੁਣਾ ਹੋਈ, ਸਾਰੇ ਪਾਕਿਸਤਾਨ ਵਾਲੇ ਗੱਲ ਹੋਈ, ਜਦੋਂ ਅਸਾਂ ਬਾਬਾ ਗੁਰੂ ਨਾਨਕ ਦੇ ਉੱਤੇ ਆਜ਼ਾਦ ਕਰ ਛੱਡਿਆ, ਤੁਹਾਡਾ ਸਾਡਾ ਪਿਆਰ ਦੇ ਜਿਹੜੇ ਬੰਦੇ ਨੂੰ ਬਿਲਡਿੰਗ ਦੀ ਅਹਿਮੀਅਤ ਨਹੀਂ ਪਤਾ, ਉਹ ਕੀ ਕਰੇਗਾ, ਕਹੇਗਾ ਪੁਰਾਣੀ ਜੀ ਬਿਲਡਿੰਗ ਆ, ਪਰ ਇਹ ਸਾਰੀਆਂ ਨਵੀਆਂ ਬਿਲਡਿੰਗਾਂ ਛੱਡ ਕੇ ਅਸੀਂ ਉਸੇ ਪੁਰਾਣੀ ਬਿਲਡਿੰਗ ਦੀ ਫੋਟੋ ਖਿੱਚਣ ਲਈ ਖੜੇ ਹੋਏ, ਕਿਉਂਕਿ ਇਹਦੀ ਅਹਿਮੀਅਤ ਆ, ਇਹ 'ਚ ਪਿਆਰ ਛੁਪਿਆ ਹੋਇਆ ਪੁਰਾਣਾ ਸਾਡੇ ਵੱਡਿਆਂ ਵੱਡੇ, ਉਹ ਦੱਸ ਕੇ ਹਟੇ ਵੀਰ ਜੀ ਨੂੰ ਵੀ ਇਹ ਪਰਮਾਤਮਾ ਇੱਕ ਹੈ, ਅੱਲਾ ਇੱਕ ਹੈ, ਸ੍ਰੀ ਗੁਰੂ ਰਾਮਦਾਸ ਜੀ ਸਹਾਏ, ਗੁਰੂ ਰਾਮਦਾਸ ਜੀ ਸਾਡੀ ਸਹਾਇਤਾ ਕਰੋ, ਸਾਡੇ ਚੌਥੇ ਗੁਰੂ ਸਾਹਿਬ, ਠੀਕ ਹੈ ਜੀ। ਖਾਤਰ ਖਿਦਮਤ ਬਹੁਤ ਹੋ ਰਹੀ ਹੈ, ਬਹੁਤ ਖਾਤਰ ਖਿਦਮਤ। ਦੇਖੋ ਜੀ, ਇੱਕ ਸਿੰਘ ਨੂੰ ਬਾਜ਼ਾਰ 'ਚ ਦੇਖ ਕੇ ਕਿੱਦਾਂ ਪੂਰੀ ਦੁਨੀਆ ਇਕੱਠੀ ਹੋਈ ਹੋਈ ਹੈ ਜੀ, ਆਹ ਪੂਰਾ ਬਾਜ਼ਾਰ ਜਿਹੜਾ ਹੈ ਇਸ ਵੇਲੇ ਇਕੱਠਾ। ਅੱਛਾ ਜੀ, ਉਹ ਪਿੱਛੇ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਤੁਹਾਨੂੰ, ਇਹ ਮੰਦਿਰ ਹੈ, ਔਰ ਮੰਦਿਰ ਦੇ ਨਾਲ ਹੀ ਜੁੜਿਆ ਹੋਇਆ ਧਰਮਸ਼ਾਲ ਗੁਰਦੁਆਰੇ ਦੀ, ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਤਾਲਾ ਮੇਰਾ ਲੱਗਾ ਲੋਕ ਹੈ, ਠੀਕ ਹੈ ਜੀ। ਇਹ ਜਗ੍ਹਾ ਜਿਹੜੀ ਹੈ ਪੁਰਾਤਨ ਹੈ ਇੱਥੇ ਦੀ,
ਕਿਉਂਕਿ ਜਿਹੜੀ ਤਵਾਰੀਖ ਜਿਹੜੀ ਦੱਸਦੀ ਹੈ, ਕਿਉਂਕਿ ਅਗਰ ਵੈਸੇ ਅਗਰ ਤੁਸੀਂ ਕਹੋਗੇ ਕਿ ਹਿਸਟਰੀ ਆਫ ਹਜ਼ਾਰਾ ਜਾਂ ਕਿਸੇ ਚੀਜ਼ 'ਚ ਅਸੀਂ ਇਹਨੂੰ ਪੜ੍ਹ ਕੇ ਲੱਭੀਏ ਤਾਂ ਉਹ ਨਹੀਂ ਹੈ। ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਕਿਤਾਬਾਂ 'ਚ ਨਹੀਂ ਲੱਭਣ ਲੱਗੀਆਂ। ਬਹੁਤ ਜ਼ਿਆਦਾ ਸਾਰੇ ਲੋਕ ਮੇਰੇ ਨਾਲ ਇਖਤਲਾਫ ਕਰਦੇ ਆ ਕਿਹੜੀ ਚੀਜ਼ 'ਤੇ ਕਿ ਵੀ ਸਾਨੂੰ ਤੁਸੀਂ ਕਿਸੇ ਕਿਤਾਬ ਦਾ ਹਵਾਲਾ ਦਿਓ। ਹੁਣ ਮੈਨੂੰ ਤੁਸੀਂ ਦੱਸੋ ਇਸ ਬਿਲਡਿੰਗ ਦੇ ਮੁਤਲਕ 90 ਸਾਲ ਜਾਂ 100 ਸਾਲ ਪਹਿਲੇ ਕਿਸੇ ਬੰਦੇ ਨੇ ਕਿਸੇ ਕਿਤਾਬ 'ਚ ਲਿਖਿਆ ਹੋਣਾ ਕਿ ਵੀ ਇਹ ਜਿਹੜੀ ਬਿਲਡਿੰਗ ਹੈ ਉਹ ਬਣਾਈ ਹੈ ਇਹਨਾਂ ਨੇ। ਵੀਰ ਜੀ ਆਹ ਦੇਖੋ ਜੀ, ਇੱਕ ਸਿੰਘ ਨਾਲ ਸਾਰੇ ਹੀ ਲੋਕ ਮਿਲ ਰਹੇ ਆ। ਔਰ ਆ ਜਾਓ ਜੀ, ਉਹ ਗੁਰਦੁਆਰੇ ਦਾ ਦਰਵਾਜ਼ਾ ਦੇਖ ਲਓ। ਉਹ ਅੰਦਰ ਹੈ ਜੀ, ਤਾਲਾ ਲੱਗਾ ਹੋਇਆ ਹੈ। ਪੁਰਾਤਨ ਬਿਲਡਿੰਗ ਹੈ ਮੰਦਿਰ ਦੀ ਵੀ ਔਰ ਗੁਰਦੁਆਰੇ ਦੀ ਵੀ ਜੀ। ਅੱਛਾ, ਇਹ ਦਰਵਾਜ਼ਾ ਜੀ? ਹਾਂਜੀ ਇਹ ਦਰਵਾਜ਼ਾ ਜੀ। ਤਵਾਰੀਖ ਜਿਹੜੀ ਹੈ ਸਿੱਖ ਸੰਗਤ ਨਾਲ ਜੁੜੀ ਹੋਈ ਹੈ ਉਹ ਮੈਂ ਤੁਹਾਨੂੰ ਦਿਖਾ ਦਿੱਤੀ ਹੈ। ਕੁਛ ਲੋਕ ਕਹਿੰਦੇ ਆ ਕਿ ਕਿਤਾਬਾਂ 'ਚ, ਹੁਣ ਮੈਨੂੰ ਤੁਸੀਂ ਦੱਸੋ ਇਹਦਾ ਜ਼ਿਕਰ ਕਿਹੜੀ ਕਿਤਾਬ 'ਚ ਮਿਲੇਗਾ? ਸਾਹਮਣੇ ਆ ਕੇ ਵੇਖਿਆ ਵਾ, ਜਾਂ ਜਿਵੇਂ ਤੁਸੀਂ ਪਹਿਲਾਂ ਸਰਚ ਕੀਤੀ ਹੈ ਤੇ ਇਹ ਜਿਹੜੀਆਂ ਵਾ ਇਹੀ ਚੀਜ਼ਾਂ ਵਾ। ਸਾਨੂੰ ਇਹ ਫਾਇਦਾ ਹੋ ਰਿਹਾ ਇਸ ਵੇਲੇ ਔਨਲਾਈਨ ਨੈਟ ਇੰਟਰਨੈਟ ਦਾ, ਕਿ ਭਾਅ ਜੀ ਦੀ ਜਿਹੜੀ ਮਿਹਨਤ ਕੀਤੀ, ਜਿਹੜੀ ਪਿਛਲੇ 10-12 ਸਾਲ ਤੋਂ ਇਹਨਾਂ ਨੇ ਸ਼ੁਰੂ ਮਿਹਨਤ ਕੀਤੀ ਆ, ਕਿ ਅਸੀਂ ਜਿਹਨੇ ਸਿੱਖ ਭਰਾ ਸਾਰੇ ਦੂਰ ਬੈਠੇ ਸੀ, ਵਿਦੇਸ਼ਾਂ 'ਚ ਬੈਠੇ ਸੀ, ਭਾਅ ਜੀ ਉਹਦੇ ਲਈ ਮੈਂ ਤੁਹਾਡਾ ਸਾਰੀ ਸਿੱਖ ਕੌਮ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਇਹ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਵੀ ਜਿਹੜਾ ਸਾਨੂੰ ਇਹਨਾਂ ਸਥਾਨਾਂ ਦਾ। ਜੇ ਮੈਂ ਪਾਕਿਸਤਾਨ ਵੀਜ਼ਾ ਲੈ ਕੇ ਆ ਵੀ ਜਾਂਦਾ ਤਾਂ ਮੈਨੂੰ ਇਹ ਕਿੱਥੇ ਥਾਂ ਲੱਭਣੀ ਸੀ? ਕਿਉਂ ਜੀ, ਮੈਨੂੰ ਭਾਅ ਜੀ ਹੁਣੀ ਮਿਲਣੇ ਸੀਗੇ ਅਸੀਂ, ਹੈ ਕਿ ਨਹੀਂ? ਅਤੇ ਇਹ ਸਾਰੀਆਂ ਦੇ ਵਿੱਚ ਜਿਹੜੀ ਉਹ ਵਿੱਚ ਜਿਹੜਾ ਲਿੰਕ ਆ ਨਾ, ਵਿੱਚ ਲਿੰਕ ਪੰਜਾਬੀ 'ਚ ਇੱਕ ਵਰਡ ਯੂਜ਼ ਹੁੰਦਾ ਵਿਚੋਲਾ, ਹਾਂਜੀ ਉਹ ਜਿਹੜਾ ਵਾ ਉਹ ਤੁਹਾਡਾ ਵਾ। ਚਲੋ ਅਸੀਂ ਤੁਹਾਡਾ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।